ਸਸਕਾ ਦੋਸਤੋ ਮੈਂ ਪਰਮਿੰਦਰ ਸਿੰਘ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਨਸ਼ੇ ਬਾਰੇ ਉਹ ਨਸ਼ੇ ਦਾ ਮੁੱਦਾ ਹੁਣ ਦੋਸਤੋ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਅਤੇ ਸਾਰੇ ਆਪਣੇ ਪੰਜਾਬ ਤੋਂ ਬਾਹਰ ਦੇ ਰਹਿੰਦੇ ਪੰਜਾਬੀਆਂ ਨੂੰ ਵੀ ਪਤਾ ਵੀ ਪੰਜਾਬ ਦੇ ਵਿੱਚ ਨਸ਼ਾ ਕਿੰਨਾ ਵੱਧ ਚੁੱਕਿਆ ਪਰ ਦੋਸਤੋ ਨਸ਼ਾ ਇੰਨਾ ਵੱਧ ਚੁੱਕਿਆ ਕਿ ਪੰਜਾਬ ਦਾ ਸਭ ਤੋਂ ਮਹਾਨ ਅਤੇ ਪਵਿੱਤਰ ਕਿਹਾ ਜਾਣ ਵਾਲਾ ਸ਼ਹਿਰ ਪੂਰੀ ਦੁਨੀਆ ਦੇ ਵਿੱਚ ਅੰਮ੍ਰਿਤਸਰ ਨੇ ਪੂਰੇ ਪੰਜਾਬ ਨੂੰ ਪਿੱਛੇ ਛੱਡ ਦਿੱਤਾ ਹੈ ਦੋਸਤੋ ਜਿਵੇਂ ਕਿ ਅੱਜ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਇੱਕ ਖਬਰ ਆਈ ਹੈ ਜਿਹਦੇ ਵਿੱਚ ਕਿ ਉਹਨਾਂ ਨੇ 2015 ਤੋਂ ਲੈ ਕੇ 2018 ਤੱਕ ਦੇ ਸਾਰੇ ਅੰਕੜੇ ਦਿੱਤੇ ਨੇ ਵੀ ਡਰੱਗਸ ਕਿੰਨੀ ਵੱਧ ਗਈ ਜੇ ਦੋਸਤੋ ਗੱਲ ਕਰੀਏ 2015 ਦੀ ਤਾਂ 2015 ਦੇ ਵਿੱਚ BSF ਨੇ 344 ਕਿਲੋ ਨਸ਼ਾ ਫੜਿਆ 16 ਦੇ ਵਿੱਚ 234 ਕਿਲੋ 17 ਦੇ ਵਿੱਚ 280 ਕਿਲੋ ਅਤੇ 18 ਦੇ ਵਿੱਚ 231 ਜੇ ਦੋਸਤੋ ਗੱਲ ਕਰੀਏ 17 ਤੋਂ ਬਾਅਦ ਸਰਕਾਰ ਚੇਂਜ ਹੋਈ ਕਾਂਗਰਸ ਦੀ ਸਰਕਾਰ ਹੈ ਅਤੇ ਉੱਥੇ ਨਸ਼ੇ ਦੇ ਵਿੱਚ ਗਿਰਾਵਟ ਵੀ ਆਈ ਹੈ ਅਤੇ 2019 ਦੇ ਵਿੱਚ ਹੁਣ ਤੱਕ 86 ਕਿਲੋ ਚਿੱਟਾ ਹੈਰੋਇਨ ਜਾਂ ਆਪਾਂ ਕੁਛ ਵੀ ਨਸ਼ਾ ਕਹਿ ਸਕਦੇ ਫੜੀ ਜਾ ਚੁੱਕੀ ਹੈ ਦੋਸਤੋ ਇਹ ਅੰਕੜੇ 3 ਜੁਲਾਈ ਤੱਕ ਨੇ ਜੇ ਦੋਸਤੋ ਉੱਥੇ ਗੱਲ ਕਰੀਏ ਪੰਜਾਬ ਪੁਲਿਸ ਦੀ ਤਾਂ ਪੰਜਾਬ ਪੁਲਿਸ ਨੇ 2016 ਦੇ ਵਿੱਚ 4.5 ਕਿਲੋ ਉੱਥੇ ਹੀ 17 ਦੇ ਵਿੱਚ 3.5 ਕਿਲੋ ਅਤੇ 18 ਦੇ ਵਿੱਚ 20 ਕਿਲੋ ਤੋਂ ਜ਼ਿਆਦਾ ਨਸ਼ਾ ਫੜਿਆ ਅਤੇ ਦੋਸਤੋ ਗੱਲ ਕਰਦੇ ਅੰਮ੍ਰਿਤਸਰ ਇੱਕ ਐਵੇਂ ਦੀ ਜਗ੍ਹਾ ਜਿਹਨੂੰ ਕਿ ਪੂਰੇ ਇੰਡੀਆ ਦੇ ਵਿੱਚ 3rd ਰੈਂਕ ਦਿੱਤਾ ਗਿਆ ਵੀ ਸਭ ਤੋਂ ਵੱਧ ਵਿਜ਼ਿਟਿੰਗ ਕਰਨ ਵਾਲੀ ਜਗ੍ਹਾ ਵਿਜ਼ਿਟਰ ਹੈ ਵੀ ਸਭ ਤੋਂ ਜ਼ਿਆਦਾ ਲੋਕ ਇੱਥੇ ਆਉਂਦੇ ਨੇ ਉੱਥੇ ਵਰਲਡ ਦੇ ਵਿੱਚ ਆਲ ਇੰਡੀਆ ਵਰਲਡ ਵੱਲੋਂ ਇਹਨਾਂ ਨੂੰ ਬੈਸਟ ਹਿਸਟੋਰੀਕਲ ਪਲੇਸ ਦਾ ਥਾਂ ਮਿਲਿਆ ਉੱਥੇ ਹੀ ਉੱਥੇ ਇੱਕ ਹੋਰ ਗੂਗਲ ਵੱਲੋਂ ਅੰਮ੍ਰਿਤਸਰ ਨੂੰ ਸਭ ਤੋਂ ਜ਼ਿਆਦਾ ਰਿਲੀਜੀਅਸ ਪਲੇਸਿਸ ਜੋ ਕਿ ਲੋਕਾਂ ਦੇ ਵੱਲੋਂ ਵਿਜ਼ਿਟ ਕੀਤੀ ਜਾਂਦੀ ਹੈ ਇੰਨਾ ਵਧੀਆ ਦਰਜਾ ਦਿੱਤਾ ਕਿ ਜੇ ਦੋਸਤੋ ਗੱਲ ਕਰੀਏ ਜਿੱਦਾਂ ਅੰਮ੍ਰਿਤਸਰ ਸ਼ਹਿਰ ਦੀ ਤਾਂ ਅੰਮ੍ਰਿਤਸਰ ਸ਼ਹਿਰ ਦਾ ਨੀਂਹ ਪੱਥਰ ਸ਼੍ਰੀ ਗੁਰੂ ਰਾਮਦਾਸ ਜੀ ਨੇ ਕੀਤਾ ਸੀ ਇਹਨਾਂ ਨੇ ਉੱਥੇ ਹੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਸਾਈਮੀਆ ਮੀਰ ਜੋ ਕਿ ਮੁਸਲਿਮ ਸਭ ਤੋਂ ਰਖਾਇਆ ਸੀ ਅਤੇ ਦੋਸਤੋ ਗੱਲ ਕਰੀਏ ਜੇ ਅੰਮ੍ਰਿਤਸਰ ਦੀ ਦੁਰਦਸ਼ਾ ਪਹਿਲੀ ਵਾਰ ਨਹੀਂ ਹੋਈ ਇਸ ਤੋਂ ਪਹਿਲਾਂ ਮੁਸਲਮਾਨਾਂ ਦੇ ਅਟੈਕ ਜਦੋਂ ਕਿ ਬਾਬਾ ਦੀਪ ਸਿੰਘ ਦੇ ਟਾਈਮ ਉਦੋਂ ਅਟੈਕ ਹੋਏ 84 ਦਾ ਕਾਂਡ ਲਾ ਲਓ ਮਤਲਬ ਅੰਮ੍ਰਿਤਸਰ 'ਤੇ ਹਮੇਸ਼ਾ ਅਟੈਕ ਹੁੰਦੇ ਨੇ ਅਤੇ ਉਸ ਟਾਈਮ ਸਾਡੇ ਕੋਲ ਐਵੇਂ ਦੇ ਸਿੱਖ ਵੀ ਸੀਗੇ ਵੀ ਜੋ ਕਿ ਉਸ ਟਾਈਮ ਉਸ ਟਾਈਮ ਡਿਫੈਂਡ ਵੀ ਕਰਦੇ ਸੀ ਦੋਸਤੋ ਹੁਣ ਗੱਲ ਕਰੀਏ ਤਾਂ ਆਪਾਂ ਕਹਿੰਦੇ ਵੀ ਸਰਕਾਰਾਂ ਸਾਡੇ ਖਿਲਾਫ਼ ਨੇ ਸਰਕਾਰਾਂ ਕੁਛ ਨਹੀਂ ਕਰਦਾ ਦੋਸਤੋ ਗੱਲ ਕਰੀਏ ਵੀ ਤਾਂ ਪੁਰਾਣਾ ਇਤਿਹਾਸ ਚੱਕ ਕੇ ਸਰਕਾਰ ਉਦੋਂ ਵੀ ਸਾਡੇ ਅਗੇਂਸਟ ਸੀਗੀਆਂ ਸਰਕਾਰਾਂ ਨੇ ਉਦੋਂ ਵੀ ਕੁਛ ਨਹੀਂ ਕੀਤਾ ਭਾਵੇਂ ਉਹ 84 ਹੋਵੇ ਭਾਵੇਂ ਉਹ ਮੁਗਲਾਂ ਦਾ ਰਾਜ ਹੋਵੇ ਉਦੋਂ ਵੀ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ ਅੰਮ੍ਰਿਤਸਰ ਸ਼ਹਿਰ ਨੂੰ ਤਹਿਸ ਨਹਿਸ ਕਰਨ ਦੀ ਪਰ ਦੋਸਤੋ ਜਿਹੜੀ ਹੁਣ ਗੱਲ ਹੈ ਕਿ ਹੁਣ ਮੇਨ ਗੱਲ ਸਾਡੀ ਜਵਾਨੀ 'ਤੇ ਆ ਚੁੱਕੀ ਹੈ ਉਸ ਤੋਂ ਅੰਮ੍ਰਿਤਸਰ ਦੇ ਐਵੇਂ ਦਾ ਹਾਲ ਦੇਖ ਕੇ ਤਾਂ ਕਾਫ਼ੀ ਰੋਣਾ ਵੀ ਆਉਂਦਾ ਅਤੇ ਸਾਡੇ ਜਿਹੜੇ ਬਾਹਰ ਦੂਰ ਵਿਦੇਸ਼ਾਂ 'ਤੇ ਸਾਡੇ ਸਿੱਖ ਭਾਈਚਾਰੇ ਦੇ NRI ਵੀ ਬੈਠੇ ਨੇ ਉਹ ਵੀ ਕਾਫ਼ੀ ਚਿੰਤਤ ਨੇ ਅਤੇ ਉੱਥੇ ਇੰਗਲਿਸ਼ ਟ੍ਰਿਬਿਊਨ ਨੇ ਵੀ ਕਾਫ਼ੀ ਇਹਦੇ ਉੱਤੇ ਆਪਣੇ ਗੰਭੀਰਤਾ ਨਾਲ ਵੀ ਸਰਕਾਰ ਨੂੰ ਸੋਚਣ ਲਈ ਕਿਹਾ ਵੀ ਜੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਗੰਭੀਰਤਾ ਨਾਲ ਐਕਸੀਬਿਸ਼ਨ ਲਿਆ ਜਾਵੇ ਕਿਉਂਕਿ ਜੇ ਗੱਲ ਕਰੀਏ ਦੋਸਤੋ ਅੰਮ੍ਰਿਤਸਰ ਸ਼ਹਿਰ ਤਰਨ ਤਾਰਨ ਇਹ ਇੱਕ ਬਾਰਡਰ ਏਰੀਏ ਨੇ ਜਿਨ੍ਹਾਂ ਨੂੰ ਪਾਕਿਸਤਾਨ ਦਾ ਬਾਰਡਰ ਲੱਗਦਾ ਹੈ ਅਤੇ ਸਰਕਾਰਾਂ ਆਲਰੇਡੀ ਪੰਜਾਬ ਸਰਕਾਰ ਨੇ ਹਮੇਸ਼ਾ ਇਹੀ ਕਿਹਾ ਵੀ ਜਿੰਨਾ ਵੀ ਪੰਜਾਬ ਦੇ ਵਿੱਚ ਨਸ਼ਾ ਆਉਂਦਾ ਇਹ ਹਮੇਸ਼ਾ ਬਾਰਡਰ ਤੋਂ ਪਾਰ ਆਉਂਦਾ ਅਤੇ ਪਾਕਿਸਤਾਨ ਤੋਂ ਆਉਂਦਾ ਅਤੇ ਦੋਸਤੋ ਗੱਲ ਕਰੀਏ ਤਾਂ BSF ਵੀ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾਲ ਨਿਭਾ ਰਹੀ ਹੈ ਉੱਥੇ ਪੰਜਾਬ ਸਰਕਾਰ ਵੀ ਆਪਣੀ ਜ਼ਿੰਮੇਦਾਰੀ ਪੂਰੀ ਤਰ੍ਹਾਂ ਨਾਲ ਨਿਭਾ ਰਹੀ ਹੈ ਅਤੇ ਦੋਸਤੋ ਗੱਲ ਕਰੀਏ ਇਹਦੇ ਵਿੱਚ ਫੇਲਰ ਕਿਤੇ ਸਾਡਾ ਹੀ ਆਉਂਦਾ ਕਿਉਂਕਿ ਅਸੀਂ ਜਾਣਦੇ ਹੋਏ ਵੀ ਬਾਵਜੂਦ ਵੀ ਕਿਹੜਾ ਬੰਦਾ ਚਿੱਟਾ ਲਿਆ ਰਿਹਾ ਕਿਹੜਾ ਬੰਦਾ ਵੇਚ ਰਿਹਾ ਅਸੀਂ ਉਹਦੀ ਇਨਫੋਰਮੇਸ਼ਨ ਨਹੀਂ ਦਿੰਦੇ ਅਤੇ ਅਸੀਂ ਲੋਕਾਂ ਤੋਂ ਡਰਦੇ ਰਹਿੰਦੇ ਅਤੇ ਦੋਸਤੋ ਅੱਜ ਤਾਂ ਇਹ ਪੂਰੇ ਪੰਜਾਬ ਨੂੰ ਪਤਾ ਲੱਗੇ ਵੀ ਅੰਮ੍ਰਿਤਸਰ ਵੀ ਐਵੇਂ ਦੀ ਗ੍ਰਿਫਤ ਚਾਰ ਚੁੱਕੇ ਕਿਤੇ ਐਂ ਹੋਵੇ ਦੋਸਤੋ ਵੀ ਅੰਮ੍ਰਿਤਸਰ ਪੂਰੇ ਇੰਡੀਆ ਦੇ ਵਿੱਚ ਬਦਨਾਮ ਹੋ ਜਾਵੇ ਦੋਸਤੋ ਆਪਾਂ ਅੰਮ੍ਰਿਤਸਰ ਸ਼ਹਿਰ ਨੂੰ ਐਵੇਂ ਦੀ ਬਦਨਾਮੀ ਤੋਂ ਬਚਾਉਣਾ ਅਤੇ ਜ਼ਿਆਦਾ ਤੋਂ ਜ਼ਿਆਦਾ ਆਪਾਂ ਸਰਕਾਰ ਦਾ ਸਾਥ ਦੇਈਏ ਤਾਂ ਜੋ ਆਪਾਂ ਐਵੇਂ ਦੇ ਚਿੱਟੇ ਤੋਂ ਬਚ ਸਕੀਏ ਅਤੇ ਸਾਡੇ ਜੋ ਹਰਿਮੰਦਰ ਸਾਹਿਬ ਸ਼ਹਿਰ ਹੈ ਹਰਿਮੰਦਰ ਸਾਹਿਬ ਜੋ ਗੁਰਦੁਆਰਾ ਹੈ ਉਹਦੀ ਜ਼ਿਆਦਾ ਤੋਂ ਜ਼ਿਆਦਾ ਪਵਿੱਤਰਤਾ ਬਣੀ ਰਹੇ ਤਾਂ ਜੋ ਅੰਮ੍ਰਿਤਸਰ ਦਾ ਜੋ ਕਿ ਨਾਮ ਬਣਿਆ ਹੋਇਆ ਫੇਮ ਬਣਿਆ ਹੋਇਆ ਬਣਿਆ ਉਹਨੂੰ ਵੀ ਆਪਾਂ ਜ਼ਿਆਦਾ ਤੋਂ ਜ਼ਿਆਦਾ ਬਰਕਰਾਰ ਰੱਖੀਏ ਬਾਕੀ ਦੋਸਤੋ ਆਪਣੇ ਕਮੈਂਟ ਕਰਕੇ ਦੱਸਿਓ ਮਿਲਾਂਗੇ ਅਗਲੀ ਵੀਡੀਓ 'ਚ।